ਪਿਓ ਦੇ ਮੋਢੇ 'ਤੇ ਪੁੱਤ ਦੀ ਅਰਥੀ, ਬਹੁਤ ਵੱਡਾ ਬੋਝ, ਸਭ ਤੋਂ ਵੱਡਾ ਬੋਝ ਮੰਨਿਆ ਗਿਆ। ਬਦਕਿਸਮਤੀ ਨਾਲ ਬਹੁਤ ਸਾਰੇ ਪੰਜਾਬ ਦੇ ਬਾਪ ਜਿਹੜੇ ਨੇ ਉਹ ਇਹ ਬੋਝ ਨੂੰ ਢੋਂਦੇ ਨੇ। ਅਗਰ ਆਪਣਾ ਕੋਈ ਚਲਾ ਜਾਤਾ ਹੈ ਉਸਕੀ ਕੋਈ ਕੀਮਤ ਨਹੀਂ ਹੋਤੀ। ਆਜ ਇਸ ਸਨਮਾਨ ਰਾਸ਼ੀ ਕੋ ਦੇਨੇ ਕਾ ਕੇਵਲ ਇੱਕ ਹੀ ਮਕਸਦ ਹੈ। ਹਮ ਆਪ ਸਭ ਲੋਗੋ ਕੋ ਯੇ ਕਹਿਣਾ ਚਾਹਤੇ ਹੈ ਕਿ ਪੂਰਾ ਦੇਸ਼ ਆਪਕੇ ਸਾਥ ਹੈ। ਦੇਸ਼ ਸਾਰਾ ਦੇਸ਼ ਜਬ ਅੰਨ ਕੇ ਲੀਏ ਪਰੇਸ਼ਾਨ ਥਾ, ਖਾਨੇ ਕੇ ਲੀਏ ਪਰੇਸ਼ਾਨ ਥਾ, ਪਹਿਲਾ ਹਰਿਤ ਕ੍ਰਾਂਤੀ ਪੰਜਾਬ ਮੇ ਲਾ ਕੇ ਆਪਣੇ ਖੂਨ ਪਸੀਨਾ ਬਹਾ ਕੇ ਪੰਜਾਬ ਕੇ ਕਿਸਾਨੋ ਨੇ ਜਿਸ ਪ੍ਰਕਾਰ ਕਾ ਯੋਗਦਾਨ, ਦੇਸ਼ ਕੋ ਅੰਨ ਦਿਆ, ਦੇਸ਼ ਕੋ ਖਾਨਾ ਦਿਆ, ਇਹ ਵੀ ਕੋਈ ਕਮ ਬਾਤ ਨਹੀਂ ਹੈ। ਬਹੁਤ ਬੜਾ ਯੋਗਦਾਨ ਹੈ ਪੰਜਾਬ ਕਾ। ਗਲਵਾਨ ਘਾਟੀ ਕੇ ਔਰ ਕਿਸਾਨ ਆੰਦੋਲਨ ਮੇ ਸ਼ਹੀਦ ਹੋਏ ਕਿਸ ਜਵਾਨੋ ਔਰ ਕਿਸਾਨੋ ਕੇ ਪਰਿਚਨੋ ਕੋ ਉਨਕੇ ਪ੍ਰਤੀ ਆਪਣੀ ਸਹਿਯੋਗ ਰਾਸ਼ੀ ਉਨ੍ਹੇ ਪ੍ਰਦਾਨ ਕਰ ਉਨ੍ਹੇ ਸਨਮਾਨਿਤ ਕਰ ਸਕੇ ਇਸ ਮੰਚ ਪਰ ਔਰ ਉਸੇ ਆਪਕੇ ਸਮਕਸ਼ ਆਗੇ ਬਢਾਨੇ ਕੇ ਲੀਏ ਮੈਂ ਇਸ਼ਵਿੰਦਰ ਸਿੰਘ ਗਰੇਵਾਲ ਜੀ ਸੇ ਨਿਵੇਦਨ ਕਰੂੰਗਾ ਕਿ ਵੋ ਆਏ ਔਰ ਇੱਕ ਇੱਕ ਕਰਕੇ ਸਭੀ ਐਸੇ ਮੰਚ 'ਤੇ ਆਉਣਗੇ। ਇਸ ਤਰ੍ਹਾਂ ਹੀ ਅੱਜ 545 ਕਿਸਾਨਾਂ ਨੂੰ ਇੱਥੋਂ 3 ਲੱਖ ਰੁਪਏ ਦੀ ਰਾਸ਼ੀ ਤੇਲੰਗਾਨਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਅਗਲੇ ਹਰਿਆਣਾ ਜ਼ਿਲ੍ਹੇ ਦੇ ਇੱਕ ਇੱਕ ਕਿਸਾਨ ਅਸੀਂ ਹਰ ਜ਼ਿਲ੍ਹੇ ਵਿੱਚ। ਚੰਦਰਸ਼ੇਖਰ ਰਾਓ ਜੀ, ਬਹੁਤ ਸੇ ਪਰਿਵਾਰ ਐਸੇ ਹੈ, ਬਹੁਤ ਸੇ ਜਿਨਕਾ ਇੱਕ ਭਾਈ ਕਿਸਾਨ ਹੈ, ਦੂਸਰਾ ਫੌਜ ਮੇ ਹੈ। ਤੋ ਅਸਲੀ ਜੈ ਜਵਾਨ ਔਰ ਜੈ ਕਿਸਾਨ ਆਪਕੋ ਪੰਜਾਬ ਮੇ ਦੇਖਣੇ ਕੋ ਮਿਲੇਗਾ। ਔਰ ਦੁੱਖ ਉਸ ਵਕਤ ਹੋਤਾ ਥਾ ਜਬ ਉਨ ਪਰ ਤਰ੍ਹਾਂ ਤਰ੍ਹਾਂ ਕੇ ਆਰੋਪ ਲਗਾਏ ਜਾਤੇ ਥੇ, ਯੇ ਤੋ ਦੇਸ਼ ਦਰੋਹੀ ਹੈ, ਯੇ ਤੋ ਪਤਾ ਨਹੀਂ ਕਿਆ ਹੈ, ਯੇ ਤੋ ਆਤੰਕਵਾਦੀ ਹੈ, ਮਤਲਬ ਜਿਨਕੇ ਇੱਕ ਕਿਸਾਨ ਐਸਾ ਸ਼ਹੀਦ ਹੁਆ ਹੈ ਜਿਸਕਾ ਬੇਟਾ ਉਸ ਵਕਤ ਬਾਰਡਰ ਪੇ ਥਾ। 26-26 ਸਾਲ ਦੇ ਮੁੰਡੇ ਵੀ ਇਸ ਕਿਸਾਨ ਸੰਘਰਸ਼ ਦੀ ਵਿੱਚ ਆਪਣੀ ਸ਼ਹੀਦੀ ਦੇ ਚੁੱਕੇ ਹੈ। ਸੋ ਅੱਜ 543 ਪੰਜਾਬ ਦੇ ਕਿਸਾਨ ਮਿਲਾ ਕੇ 712 ਹਰਿਆਣੇ ਦੇ, 4 ਪਰਿਵਾਰ ਗਲਵਾਨ ਘਾਟੀ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਸਾਡੇ ਜਵਾਨ ਉਹਨਾਂ ਦੇ ਨੇ। ਅਤੇ ਅੱਜ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਉਹਨਾਂ ਦਾ ਨਾਮ ਜਿਹੜਾ ਉਹ ਇਤਿਹਾਸ 'ਚ ਲਿਖਿਆ ਗਿਆ ਕਿ ਜਿਸ ਵੇਲੇ ਬਹੁਤ ਵੱਡਾ ਸੰਘਰਸ਼ ਚੱਲਿਆ ਸੀ ਤਾਂ ਉਹਨਾਂ ਨੇ ਇਸ ਸੰਘਰਸ਼ ਦੇ ਦੌਰਾਨ ਸ਼ਹੀਦੀਆਂ ਪਾਈਆਂ ਸੀ। 3 ਲੱਖ ਰੁਪਈਆ ਪਰ ਫੈਮਿਲੀ ਜਿਨ੍ਹਾਂ ਦੇ ਕਿਸਾਨ ਸੰਘਰਸ਼ ਦੇ ਵਿੱਚ ਸ਼ਹੀਦੀਆਂ ਪਾਈਆਂ ਨੇ ਉਹਨਾਂ ਨੂੰ, ਅਤੇ 10 ਲੱਖ ਰੁਪਈਆ ਗਲਵਾਨ ਘਾਟੀ ਦੇ ਯੋਧਿਆਂ ਨੂੰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਦਿੱਤੀਆਂ। ਆਜ਼ਾਦੀ ਲੈਣ ਵਾਸਤੇ ਵੀ 90% ਕੁਰਬਾਨੀਆਂ ਪੰਜਾਬ ਦੀਆਂ, ਅਤੇ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਅੱਜ ਸਾਡੇ ਜਵਾਨ ਜਿਹੜੇ ਨੇ ਉਹ ਸੀਨਾ ਤਾਣ ਕੇ ਖੜ੍ਹੇ ਨੇ। ਖਾਸ ਤੌਰ 'ਤੇ ਦੁਨੀਆਂ ਦਾ ਸਭ ਤੋਂ ਵੱਡਾ ਬੋਝ ਮੰਨਿਆ ਗਿਆ ਪਿਓ ਦੇ ਮੋਢੇ 'ਤੇ ਪੁੱਤ ਦੀ ਅਰਥੀ, ਬਹੁਤ ਵੱਡਾ ਬੋਝ, ਸਭ ਤੋਂ ਵੱਡਾ ਬੋਝ ਮੰਨਿਆ ਗਿਆ। ਬਦਕਿਸਮਤੀ ਨਾਲ ਬਹੁਤ ਸਾਰੇ ਪੰਜਾਬ ਦੇ ਬਾਪ ਜਿਹੜੇ ਨੇ ਉਹ ਇਹ ਬੋਝ ਨੂੰ ਢੋਂਦੇ ਨੇ। ਕਦੇ ਨਸ਼ਿਆਂ ਨੇ ਮਾਰਤੇ, ਕਦੇ ਗਰੀਬੀ ਨੇ ਮਾਰਤੇ, ਬੇਰੁਜ਼ਗਾਰੀ ਨੇ ਮਾਰਤੇ। ਆਪਾਂ ਹੌਲੀ ਹੌਲੀ ਠੀਕ ਕਰਾਂਗੇ, ਸੱਚੀ ਨੀਅਤ ਨਾਲ ਸਰਕਾਰ ਚੱਲ ਰਹੀ ਹੈ। ਤੁਸੀਂ ਐਡਾ ਵੱਡਾ ਫਤਵਾ ਦਿੱਤਾ ਹੈ, ਉਸ ਫਤਵੇ ਦਾ ਸਤਿਕਾਰ ਕਰਾਂਗੇ। ਦੋਸਤੋ, ਆਜ ਹਮ ਆਪ ਸਭ ਲੋਗੋਂ ਕੋ ਯਹਾਂ ਪੇ ਏਕ ਸਨਮਾਨ ਰਾਸ਼ੀ ਤੋ ਦੇਂਗੇ, ਲੇਕਿਨ ਜੋ ਆਪ ਲੋਗੋਂ ਨੇ ਆਪਣੋ ਕੋ ਖੋਇਆ ਉਸ ਉਨਕੀ ਜਾਨ ਕੀ ਕੀਮਤ ਨਹੀਂ ਲਗਾਈ ਜਾ ਸਕਤੀ। ਅਗਰ ਆਪਣਾ ਕੋਈ ਚਲਾ ਜਾਤਾ ਹੈ ਉਸਕੀ ਕੋਈ ਕੀਮਤ ਨਹੀਂ ਹੋਤੀ। ਆਜ ਇਸ ਸਨਮਾਨ ਰਾਸ਼ੀ ਕੋ ਦੇਨੇ ਕਾ ਕੇਵਲ ਇੱਕ ਹੀ ਮਕਸਦ ਹੈ। ਹਮ ਆਪ ਸਭ ਲੋਗੋਂ ਕੋ ਯੇ ਕਹਿਣਾ ਚਾਹਤੇ ਹੈ ਕਿ ਪੂਰਾ ਦੇਸ਼ ਆਪਕੇ ਸਾਥ ਹੈ। ਹਮੇ ਗਰਵ ਹੈ ਉਨ ਲੋਗੋਂ ਪੇ ਜਿਨ੍ਹੋਨੇ ਜਿਨ ਜਵਾਨੋਂ ਨੇ ਗਲਵਾਨ ਘਾਟੀ ਮੇ ਸ਼ਹਾਦਤ ਦੀ, ਜਿਨ ਕਿਸਾਨੋਂ ਨੇ ਦੇਸ਼ ਕੇ ਅੰਦਰ ਕਿਸਾਨੀ ਕੋ ਬਚਾਏ ਰੱਖਨੇ ਕੇ ਲੀਏ ਏਕ ਸਾਲ ਤੱਕ ਸੰਘਰਸ਼ ਕੀਆ ਔਰ ਇਸ ਦੌਰਾਨ ਆਪਣੀ ਸ਼ਹਾਦਤ ਦੀ। ਆਜ ਵੀ ਜਬ ਪੰਜਾਬ ਕੇ ਅੰਦਰ ਹਮਾਰੀ ਸਰਕਾਰ ਬਣੀ ਹੈ, ਆਮ ਆਦਮੀ ਪਾਰਟੀ ਕੀ ਸਰਕਾਰ ਬਣੀ ਹੈ, ਹਮਾਰੀ ਪੂਰੀ ਕੋਸ਼ਿਸ਼ ਹੈ, ਹਮਾਰੀ ਸਭ ਸੇ ਪਹਿਲੀ ਕੋਸ਼ਿਸ਼ ਹੈ ਕਿ ਕਿਸ ਤਰ੍ਹਾਂ ਸੇ
किसानों की आमदनी को बढ़ाया जाए। हम पूरी तरह से इस पे इस नतीजे पे पहुंचे हैं कि जब तक किसानों की आमदनी को नहीं बढ़ाया जाएगा, किसानों की आय को नहीं बढ़ाया जाएगा, किसान देश के अंदर हमेशा दुखी रहेगा, आत्महत्या करता रहेगा, कर्जे में डूबा रहेगा, घर में कोई बीमार हो जाएगा उसके लिए कर्जा लेगा और कर्जे की साइकिल के अंदर डूबा रहेगा और आत्महत्या करता रहेगा। पंजाब एक ऐसी महान राज्य है, महान धरती है, जहां से शहीद आजम भगत सिंह आजादी का जंग लड़े थे। पंजाब ने देश के लिए दो योगदान, महत्वपूर्ण योगदान दे चुके हैं। एक आजादी के जंग में जिस प्रकार का कुर्बानियां पंजाब ने दी है, हिंदुस्तान का इतिहास कभी नहीं भूल सकता। और उसके बाद जैसा मान साहब अपने शब्दों में कह रहे थे, देश सारा देश जब अन्न के लिए परेशान था, खाने के लिए परेशान था, पहला हरित क्रांति पंजाब में लाके अपने खून पसीना बहा के पंजाब के किसानों ने जिस प्रकार का योगदान, देश को अन्न दिया, देश को खाना दिया, ये भी कोई कम बात नहीं है। बहुत बड़ा योगदान है पंजाब का, ये कभी भूला नहीं जा सकता, हिंदुस्तान के इतिहास में स्वर्णाक्षर से लिखित रहेंगे। गलवान में जो चाइना के आर्मी के साथ जो झड़प हुआ, हमारे राज्य के वहां के कर्नल संतोष बाबू थे, उनके साथी सैनिक जो पंजाब से वहां थे, हमारे कर्नल के साथ ये भी शहीद हुए। मुझे आना था पंजाब में, आपके राज्य में उन जवान के परिवारों तक जो हम उनके सम्मान में देना चाह रहे थे वो पहुंचाने के लिए, लेकिन चुनाव चल रहा था यहाँ पे, आप तो जानते हैं चुनाव के समय ऐसे कार्यक्रम नहीं किए जाते, चुनाव के प्रतिबंध होते हैं, इसीलिए हम आ नहीं पाए। हाल में भाई केजरीवाल से मेरा बात हुआ, जब उनका आम आदमी पार्टी सरकार यहाँ बना, तो उन्होंने कहा बिल्कुल ये अच्छे कार्यक्रम है, हम सभी मिलकर जाके किसान भाइयों का थोड़ा दुख मिटाने का कोशिश करते हैं।